Wow, beautiful. दे दे टॉबू, मैं नहीं बनाना। उसे दे दे आप ही बच्चे, पालो, छोड़ पालो, दे पालो, पालो, पालो। छोड़ दे। कर लो सफाइयां, कर लो कर लो। ਸਤਿਕਾਰ ਦੋਸਤੋ ਦੋਸਤੋ ਅੱਜ ਦਾ ਦਿਨ ਬੜਾ ਹੀ ਟਫ ਆ ਆਪਣਾ, ਕਿਉਂਕਿ ਅੱਜ ਦੀਵਾਲੀ ਦੀਆਂ ਤਿਆਰੀਆਂ ਕਰਨੀਆਂ ਆਪਾਂ, ਦੀਵਾਲੀ ਦੀਆਂ ਸਫਾਈਆਂ ਕਰਨੀਆਂ। ਸਭ ਤੋਂ ਪਹਿਲੇ ਆਪਾਂ ਕੀ ਕਰਨਾ, ਗੱਡੀ ਵੋਸ਼ ਕਰਨੀ ਹੈ, ਬਾਈਕ ਵੋਸ਼ ਕਰਨੀ ਹੈ, ਸਕੂਟੀ ਵੋਸ਼ ਕਰਨੀ ਹੈ, ਘਰ ਦੇ ਛੋਟੇ ਮੋਟੇ ਕੰਮ। ਅਤੇ ਆਪਾਂ ਪੈਕਿੰਗ ਕੀਤੀ ਹੋਈ ਹੈ ਦੀਵਾਲੀ ਦੇ ਗਿਫਟਾਂ ਦੀ, ਚੈੱਕ ਕਰੋ ਦੋਸਤੋ, ਇੰਨਾ ਬੜਾ ਖਲਾਰਾ ਆ, ਸਾਰਾ ਸਮੇਟਿਆ ਜਾ। ਦੀਵਾਲੀ ਦੋਸਤੋ ਇੱਕ ਇੱਦਾਂ ਦਾ ਤਿਉਹਾਰ ਆ ਜਿੱਥੇ ਪਹਿਲੇ ਕਦੀ ਸਫਾਈ ਵੀ ਨਾ ਹੋਈ ਹੋਵੇ ਨਾ, ਉੱਥੇ ਵੀ ਸਫਾਈ ਹੋ ਜਾਂਦੀ ਹੈ। ਪੱਖੇ ਕਰ ਲਏ ਸਾਫ ਸਾਰੇ ਘਰ ਦੇ, ਹੁਣ ਵਾਰੀ ਹੈ ਗੱਡੀ ਦੀ। ਇਹ ਭਰਾਵਾ ਸਾਡੀ ਗੱਡੀ ਨਹੀਂ ਹੈ, ਟੋਬੀ ਦੀ ਗੱਡੀ ਹੈ। ਜਦੋਂ ਵੀ ਗੱਡੀ ਕੱਢੋ ਇਹਨੇ ਬੈਠਣਾ, ਇਹਨੇ ਜਾਣਾ ਹੀ ਜਾਣਾ ਨਾਲ, ਭਾਵੇਂ ਜਿਵੇਂ ਜਿੱਥੇ ਮਰਜ਼ੀ ਜਾਣਾ ਹੋਵੇ। ਭਰਾਵਾ ਦੇਖ ਸਕਦੇ ਹੋ ਦੋਸਤੋ, ਗੱਡੀ ਬਹੁਤ ਜ਼ਿਆਦਾ ਗੰਦੀ ਹੋ ਗਈ ਹੈ, ਕਾਫੀ ਦੇਰ ਤੋਂ ਕੱਢੀ ਨਹੀਂ ਆਪਾਂ ਗੱਡੀ। ਅਤੇ ਲੋਕਲ ਮਾਰਕੀਟ ਜਾਣਾ ਹੁੰਦਾ ਹੈ, ਗੱਡੀ ਕੱਢਣੀ ਔਖੀ ਹੋ ਜਾਂਦੀ ਹੈ, ਪਾਰਕਿੰਗ ਦੀ ਸਮੱਸਿਆ, ਭੇੜੇ ਭੇੜੇ ਸ਼ਹਿਰ, ਭੇੜੀਆਂ ਭੇੜੀਆਂ ਗੱਡੀਆਂ। ਗੱਡੀ ਨੂੰ ਪਹਿਲੇ ਸਭ ਤੋਂ ਪਹਿਲੇ ਬਾਹਰ ਕੱਢੀਏ। ਗੱਡੀ ਨੂੰ ਮਾੜੀ ਜਿਹਾ ਬਾਹਰ ਕੱਢਾਂਗੇ, ਫਿਰ ਮੁੜ ਕੇ ਬੈਕ ਕਰਕੇ ਲਗਾਵਾਂਗੇ, ਧੋਵਾਂਗੇ ਗੱਡੀ ਨੂੰ ਚੰਗੀ ਤਰ੍ਹਾਂ ਅੱਜ। ਲਓ ਜੀ ਦੋਸਤੋ, ਸਟਾਰਟ ਹੋ ਗਈ ਆਪਣੀ ਕਾਰਵਾਈ। ਇਹ ਗਨ, ਇਹ ਨਾਲ ਆਪਾਂ ਗੱਡੀ, ਸਕੂਟਰ, ਬਾਈਕ ਸਭ ਕੁਝ ਧੋਈਦਾ, ਇਹਦੇ ਤੱਕ ਪਾਕੀਆਂ ਵੀ ਧੋਦੇ। ਤਾਂ ਚਲੋ ਦੋਸਤੋ, ਜਦ ਤੁਹਾਨੂੰ ਕਿੱਦਾਂ ਇਸਤੇਮਾਲ ਕਰਦੇ ਹਾਂ, ਇੱਦਾਂ ਫਿਟਿੰਗ ਫੁਟਿੰਗ ਕਰ ਲਈ ਆਪਾਂ ਸਾਰੀ ਪ੍ਰੋਪਰ ਤਰੀਕੇ ਦੇ ਨਾਲ। ਫਿਟਿੰਗ ਕਰਨ ਤੋਂ ਬਾਅਦ ਠੀਕ ਹੈ, ਟੱਬ ਭਰ ਲਿਆ ਪਾਣੀ ਦਾ, ਉਸ ਤੋਂ ਬਾਅਦ ਸਟਾਰਟ ਕਰਨਾ। ਚੱਲ ਇਸ ਤਰ੍ਹਾਂ ਦਾ ਪ੍ਰੈਸ਼ਰ ਬਣਦਾ, ਇਹਦੇ ਨਾਲ ਪ੍ਰੈਸ਼ਰ ਬਣ ਰਹੀ ਹੈ ਜੀ। ਆਪਾਂ ਟਾਇਰ ਵਗੈਰਾ ਸਾਫ਼ ਕਰਨੀ ਆ, ਇੱਦਾਂ ਸਿੱਧੀ ਧਾਰ, ਠੀਕ ਹੈ ਜੀ, ਇੱਦਾਂ ਕਰਦੇ ਜਾਵਾਂਗੇ ਅਤੇ ਧਾਰ ਸਰੀ ਪ੍ਰੈਸ਼ਰ ਬਣ, ਠੀਕ ਹੈ। ਚਲੋ ਗੱਡੀ ਧੋਈ ਯਾਰ। ਦੇ 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 ਮੈਂ ਕਿਉਂ ਦੇਵਾਂ, ਮੇਰੀ ਤੇ ਗੰਦੀ ਚੀਜ਼ ਹੈ ਪਾਪਾ, ਮੈਂ ਕਿਉਂ ਦੇਵਾਂ। ਬਾਬੂ ਫਾਲੋ ਫਾਲੋ ਮੈਨੂੰ ਫਾਲੋ, ਮੈਂ ਨਹੀਂ ਰਹਿਣੀ। ਦੇ ਦੇ ਬੱਚੇ, ਸਫਾਈ ਕਰਨੀ ਹੈ ਯਾਰ, ਜੇ ਫਾਲ ਲੂੰਗੇ ਤਾਂ ਤੁਹਾਡੀ। ਓ ਯਾਰ ਫਾਲੋ 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 ਮੈਨੂੰ, ਛੱਡ ਦੇ ਛੱਡ ਦੇ ਬਾਬੂ, ਦੇਖਿਓ ਯਾਰ। ਨੋ ਪਾਪਾ ਨੋ, ਨੋ ਨੋ ਪਾਪਾ ਨੋ, ਦਿੰਦਾ ਨਹੀਂ ਪਿਆ। ਨੋ ਯਾਰ ਨੋ, ਬਾਬੂ ਬੱਚੇ ਛੱਡ ਦੇ ਯਾਰ। ਹਾਏ ਫਾਈਨਲੀ ਦੋਸਤੋ, ਆਪਾਂ ਕਰ ਕਰਾ ਕੇ ਰਾਤ ਪੈ ਗਈ ਹੈ। ਵੀਡੀਓ ਤਾਂ ਬਹੁਤ ਲੰਬੀ ਸੀਗੀ, ਵਿੱਚੋਂ ਲੱਭ ਲੱਭ ਕੇ ਸ਼ੋਰਟ ਕਰਕੇ ਬਣਾਈ ਹੈ, ਕਿਉਂਕਿ ਆਪਾਂ ਬੋਰ ਹੋ ਜਾਂਦੇ ਹਾਂ। ਤਾਂ ਚਲੋ ਦੋਸਤੋ, ਮਿਲਦੇ ਹਾਂ ਅਗਲੇ ਬਲੌਗ 'ਚ। ਅਗਰ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਜ਼ਰੂਰ ਕਰਨਾ। ਦੋਸਤੋ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਪਲੀਜ਼।